ਆਪਣਾ ਐਮਪੀ ਅਪਾਰਟਮੈਂਟ ਟੂਰ ਦੇਣ ਲੱਗਿਆ ਅਸੀਂ ਆਪਣਾ ਅਪਾਰਟਮੈਂਟ ਚੇਂਜ ਕਰ ਰਹੇ ਹਾਂ ਅਤੇ ਇਹ ਵੀ ਰੈਂਟਲ ਅਪਾਰਟਮੈਂਟ ਹੈ ਅਤੇ ਇਹਦਾ ਆਪਾਂ ਘਰ ਹਾਊਸ ਟੂਰ ਦੇਵਾਂਗੇ ਇਹ ਹੈ ਸਾਡੀ ਮੇਨ ਐਂਟਰੈਂਸ ਐਂਟਰ ਤੋਂ ਬਾਅਦ ਹੈ ਲੈਫਟ ਸਾਈਡ ਤੇ ਹੈ ਕਲੋਜ਼ਡ ਸਟੋਰੇਜ ਏਰੀਆ ਕਾਫੀ ਸਪੇਸ ਹੈਗਾ ਔਰ ਇਸ ਤੋਂ ਬਾਅਦ ਅਸੀਂ ਪਹਿਲਾਂ ਰਾਈਡ ਜਾਵਾਂਗੇ ਔਰ ਇਹ ਸਾਡਾ ਹੈ ਲਿਵਿੰਗ ਏਰੀਆ ਲਿਵਿੰਗ ਏਰੀਆ ਚੋਂ ਹੀ ਬਾਲਕਨੀ ਦੀ ਐਗਜ਼ਿਟ ਹੈ ਇਹ ਬਾਲਕਨੀ ਹੈ ਕਾਫੀ ਵੱਡੀ ਹੈ ਔਰ ਉੱਥੇ ਹੈ ਉਹ ਸਟੋਰ ਰੂਮ ਹੈ ਉਹ ਔਰ ਫਿਰ ਇੱਥੇ ਲਿਵਿੰਗ ਏਰੀਆ ਦੇ ਨਾਲ ਹੈ ਇਹ ਹੈ ਸਾਡਾ ਡਾਇਨਿੰਗ ਏਰੀਆ ਔਰ ਉਹ ਸਾਡੀ ਕਿਚਨ ਹੈ ਜੋ ਜਿਸ ਏਰੀਆ 'ਚ ਕਾਰਪੇਟ ਨਹੀਂ ਹੈ ਉਹ ਡਾਇਨਿੰਗ ਏਰੀਆ ਔਰ ਇਹ ਹੈ ਸਾਡੀ ਕਿਚਨ ਕਿਚਨ ਕਾਫੀ ਵੱਡੀ ਹੈ ਵੱਡੀ ਮਤਲਬ ਖੁੱਲ੍ਹੀ ਖੁੱਲ੍ਹੀ ਹੈ ਕਿਚਨ ਦੇ ਨਾਲ ਹੀ ਹੈ ਵਾਸ਼ਰ ਡਰਾਇਰ ਏਰੀਆ ਇੱਧਰੋਂ ਅਸੀਂ ਐਂਟਰੀ ਕੀਤੀ ਸੀ ਔਰ ਐਂਟਰੀ ਤੋਂ ਮੇਨ ਡੋਰ ਤੋਂ ਇਹ ਸਾਹਮਣੇ ਇੱਕ ਬੈਡਰੂਮ ਹੈ ਪਹਿਲੇ ਇੱਕ ਸਾਈਡ ਇਹ ਹੈ ਬਾਥਰੂਮ ਔਰ ਇਹ ਬਾਥਰੂਮ ਦੇ ਨਾਲ ਇੱਕ ਹੈ ਬੈਡਰੂਮ ਕਾਫੀ ਸਪੇਸ਼ੀਅਸ ਬੈਡਰੂਮ ਹੈ ਵੀ ਔਰ ਇਹ ਹੈ ਕਲੋਜ਼ਿਟ ਇੱਥੋਂ ਕੀਤੀ ਸੀ ਐਂਟਰੀ ਸਾਹਮਣੇ ਇੱਕ ਬੈਡਰੂਮ ਹੁਣ ਇੱਕ ਲੈਫਟ ਸਾਈਡ 'ਚ ਬੈਡਰੂਮ ਪਹਿਲਾਂ ਬੈਡਰੂਮ 'ਚ ਐਂਟਰ ਕਰਦੇ ਹੀ ਇਹ ਮਾਸਟਰ ਬੈਡਰੂਮ ਓ ਸੋਰੀ ਬਾਥਰੂਮ ਬੈਡਰੂਮ ਜੋ ਕਿ ਕਾਫੀ ਅੱਛਾ ਸਪੇਸ਼ੀਅਸ ਬੈਡਰੂਮ ਹੈ ਇਹ ਵੱਡੀ ਵੱਡੀ ਵਿੰਡੋਜ਼ ਜੋ ਕਿ ਸਭ ਤੋਂ ਅੱਛੀ ਰਹਿੰਦੀ ਲਾਈਟਿੰਗ ਵਾਸਤੇ ਔਰ ਇਸ ਤੋਂ ਬਾਅਦ ਹੈ ਸਾਡਾ ਵਾਕ ਇਨ ਕਲੋਜ਼ਟ ਅੱਛਾ ਲੱਗਿਆ ਹੋਏਗਾ ਅਤੇ ਹੁਣ ਅਸੀਂ ਤੁਹਾਨੂੰ ਮਿਲੀਏ ਆਪਾਂ ਨੈਕਸਟ ਵਲੌਗ 'ਚ ਬਾਏ